ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸਮਾਣੇ ਤੋਂ ਸਜਿਆ ਅਲੌਕਿਕ ਨਗਰ ਕੀਰਤਨ। ਪੰਥਕ ਰਵਾਇਤਾਂ ਨਾਲ ਗੁਰਦੁਆਰਾ ਥੜਾ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਦੇ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ। ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਸਜਿਆ ਅਲੌਕਿਕ ਨਗਰ ਕੀਰਤਨ ਸਮਾਣੇ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੜੀ ਨਜ਼ੀਰ ਪਹੁੰਚਿਆ। ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ 'ਚ ਸੇਵਾ ਕੀਤੀ। ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਦਰਸ਼ਨ ਦੀਦਾਰ ਕਰਦੀਆਂ ਹੋਈਆਂ ਸੰਗਤਾਂ ਦੇ ਚਿਹਰਿਆਂ 'ਤੇ ਅਲੌਕਿਕ ਨੂਰ ਚਲਕਦਾ ਹੋਇਆ ਵਿਖਾਈ ਦਿੱਤਾ। ਇਸ ਨਗਰ ਕੀਰਤਨ ਦਾ ਅੱਜ ਦਾ ਜਿਹੜਾ ਸਮਾਗਮ ਹੈ, ਇਹ ਨਜ਼ੀਰ ਖਾਂ ਗੜੀ ਨਜ਼ੀਰ ਦਾ ਮਾਲਕ ਸੀ। ਇਹ ਥੜਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਸੀਸ ਦੇਣ ਗਏ ਆ, ਉਹ ਥੜਾ ਸਾਹਿਬ ਆ ਕੇ ਥੜੇ 'ਤੇ ਬੈਠੇ। ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਸਰਕਾਰ ਨੂੰ ਪਤਾ ਲੱਗ ਗਿਆ। ਇਹ ਫਿਰ ਰਾਤ ਨੂੰ ਨਜ਼ੀਰ ਖਾਂ ਗੜੀ ਸਾਹਿਬ ਦਾ ਮੁਗਲਾਂ ਦਾ ਰਾਜ ਸੀ ਅਤੇ ਨਜ਼ੀਰ ਖਾਂ ਗੜੀ ਨਜ਼ੀਰ ਦਾ ਮਾਲਕ ਸੀ। ਇਹ ਨਜ਼ੀਰ ਖਾਂ ਨੇ ਫਿਰ ਰਾਤ ਨੂੰ ਇੱਥੋਂ ਲੈ ਕੇ ਆਪਣੇ ਗੜੀ ਨਜ਼ੀਰ ਪਿੰਡ ਦੇ ਵਿੱਚ 40 ਦਿਨ ਰੱਖਿਆ। ਠੀਕ ਹੈ, 40 ਦਿਨ ਰੱਖ ਕੇ ਸੇਵਾ ਟਹਿਲ ਕਰਕੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ ਫਿਰ ਕਰਿਆਲੀ ਵਗੈਰਾ ਨੂੰ ਚਾਲੇ ਪਾ ਗਏ। ਇਹ ਅੱਜ ਉਹੀ ਪਰੰਪਰਾ ਨੂੰ ਅਸੀਂ ਤਾਜ਼ਾ ਕਰਨ ਵਾਸਤੇ ਇੱਥੋਂ ਅੱਜ ਲੈ ਕੇ ਜਾ ਰਹੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਗੜੀ ਨਜ਼ੀਰ ਲੈ ਕੇ ਨਗਰ ਕੀਰਤਨ ਉਸ ਚੀਜ਼ ਨੂੰ ਤਾਜ਼ਾ ਕਰਨ ਵਾਸਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਜਾਗਰਤ ਕਰਨ ਲਈ, ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਗੜੀ ਨਜ਼ੀਰ ਦਾ ਇਤਿਹਾਸ ਕੀ ਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਥੜਾ ਸਾਹਿਬ ਆਏ ਅਤੇ ਗੜੀ ਨਜ਼ੀਰ ਦੇ ਸੰਗਤ ਆ ਕੇ ਬਾਬਾ ਜੀ ਨੂੰ ਲੈ ਕੇ ਗਏ, ਉਹ ਦਿਹਾੜਾ ਮਨਾਉਂਦੇ ਹੋਏ ਬਾਬਾ ਬਲਵੀਰ ਸਿੰਘ, ਬਾਬਾ ਵਿਸ਼ਵ ਪ੍ਰਤਾਪ ਸਿੰਘ ਜੀ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਰਵਾਨਾ ਹੋਇਆ, ਜੋ ਕਿ ਗੁਰਦੁਆਰਾ ਥੜਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਗੜੀ ਸਾਹਿਬ 'ਤੇ ਸਮਾਪਤੀ ਕੀਤੀ ਜਾਵੇਗੀ। ਹਾਂ, ਤੁਸੀਂ ਕਿਆ ਕਹੋਗੇ ਜੀ? ਅੱਜ ਜਿਹੜਾ ਮੰਨ ਲਓ ਇਤਿਹਾਸਿਕ ਦਿਨ ਹੈ, ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਸੀ ਨੌਵੀਂ ਪਾਤਸ਼ਾਹੀ, ਤਾਂ ਅੱਜ ਮਤਲਬ ਉੱਥੇ ਜਾ ਰਹੇ ਹਾਂ, ਮਤਲਬ ਨਗਰ ਕੀਰਤਨ ਨਿਕਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਰਹਾਲੀ ਸਾਹਿਬ ਤੋਂ ਗੁਰਦੁਆਰਾ ਥੜਾ ਸਾਹਿਬ ਆਏ ਸੀ ਪਾਤਸ਼ਾਹੀ ਨੌਵੀਂ ਗੁਰੂ ਕੀ ਖੂਹੀ ਅਤੇ ਗੜੀ ਨਜ਼ੀਰ ਉਹਨਾਂ ਨੂੰ ਬੇਨਤੀ ਕਰਕੇ ਇੱਥੋਂ ਗੁਰਦੁਆਰਾ ਗੜੀ ਸਾਹਿਬ ਉੱਥੇ ਲੈ ਕੇ ਗਿਆ ਅਤੇ ਉੱਥੇ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਉਸ ਦੌਰਾਨ ਅੱਜ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ। ਪੰਜ ਪਿਆਰਿਆਂ ਦੀ ਅਗਵਾਈ ਅਤੇ ਨਿਸ਼ਾਨਚੀਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦਾ ਇਤਿਹਾਸਿਕ ਦਿਨ ਹੈ ਜੀ, ਅੱਜ ਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਦਿਵਸ ਹੈ ਜੀ। 3 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਥੜਾ ਸਾਹਿਬ ਗੁਰਦੁਆਰਾ ਸਾਹਿਬ ਆਏ ਔਰ 4 ਤਰੀਕ ਨੂੰ ਗੜੀ ਸਾਹਿਬ ਪਹੁੰਚੇ।